ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਕੀਮਤੀ ਟਾਈਮ ਚੋਂ ਟਾਈਮ ਕੱਢ ਕੇ ਅੱਜ ਸਾਡੇ ਵਿੱਚ ਆਏ ਹੋ। ਇੱਕ ਬਿਮਾਰੀ ਐਸੀ ਹੈ ਬੰਦਾ ਹੈਜ਼ਿਟੇਸ਼ਨ ਦੇ ਕਰਕੇ ਕੇਅਰ ਨਹੀਂ ਕਰਦਾ, ਔਰ ਦੂਸਰਾ ਅਗਲੇ ਨੂੰ ਲੱਗਦਾ ਡਰ ਵੀ ਪਤਾ ਨਹੀਂ ਆਪਰੇਸ਼ਨ ਕਿੰਨਾ ਔਖਾ ਹੋਣਾ, ਮੇਰੇ ਕੋਈ ਦਿੱਕਤ ਨਾ ਆ ਜਾਏ, ਕੁਛ ਨਾ ਹੋ ਜਾਏ, ਉਸ ਚੱਕਰ 'ਚ ਲੋਕ ਇਨਫੋਰਮ ਨਹੀਂ ਕਰਦੇ। ਇੱਕ ਲੰਡਨ ਕਾਨਫਰੰਸ 'ਚ ਗਿਆ, ਉਹ ਕਾਨਫਰੰਸ ਜਿਹੜੀ ਲੇਡੀ ਕੰਡਕਟ ਕਰਦੀ ਹੈ ਨਾ, ਉਹ ਵਰਲਡ ਦੀ ਸਭ ਤੋਂ ਵੱਡੀ ਕਾਨਫਰੰਸ ਹੈ। ਉਹ ਲੇਡੀ ਨੇ ਆਪਣੇ ਲੈਕਚਰ 'ਚ ਕਿਹਾ, ਕਹਿੰਦੀ ਮੇਰੀ ਮਦਰ ਨੂੰ ਰੈਕਟਲ ਕੈਂਸਰ ਦੀ ਪ੍ਰੋਬਲਮ ਸੀ, ਪਰ ਮੇਰੀ ਮਦਰ ਨੇ ਸਾਨੂੰ ਕਦੇ ਨਹੀਂ ਦੱਸਿਆ, ਉਹ ਆਪਣੇ ਅੰਦਰ ਹੀ ਘੁੱਟਦੀ ਰਹੀ। ਤੇ ਉਹ ਜਦੋਂ ਬਰਦਾਸ਼ਤ ਤੋਂ ਬਾਹਰ ਹੋ ਗਈ, ਉਹ ਸਿੱਕ ਹੋ ਗਏ, ਉਹਨੂੰ ਹਸਪੀਟਲ ਲੈ ਕੇ ਗਏ, ਉੱਥੇ ਟੈਸਟਾਂ 'ਚ ਪਤਾ ਲੱਗਿਆ ਕਿ ਉਹਨਾਂ ਨੂੰ ਰੈਕਟਲ ਕੈਂਸਰ ਦੀ ਪ੍ਰੋਬਲਮ ਹੈ। ਤਾਂ ਉਹ ਕਹਿੰਦੀ ਮੈਂ ਹੁਣ ਮੇਰੀ ਜ਼ਿੰਦਗੀ ਦਾ ਮਕਸਦ ਇਹੀ ਹੈ ਵੀ ਮੈਂ ਲੋਕਾਂ ਨੂੰ ਜਾਗਰੂਕ ਕਰੂੰਗੀ ਕਿ ਜੇ ਕਿਸੇ ਨੂੰ ਕੋਈ ਬਿਮਾਰੀ ਹੈ ਉਹ ਖੁੱਲ੍ਹ ਕੇ ਦੱਸੇ ਤਾਂ ਕਿ ਉਹਦਾ ਇਲਾਜ ਹੋ ਸਕੇ। ਅੱਛਾ, ਦੂਜੀ ਗੱਲ ਆਪਣੇ ਜੋ ਵੀ ਬਹੁਤ ਲੋਕਾਂ ਨੂੰ ਨਾ ਪਤਾ ਹੋਏ, ਪੰਜਾਬ ਸਰਕਾਰ ਹਰ ਕੈਂਸਰ ਦੇ ਪੇਸ਼ੈਂਟ ਨੂੰ 1.5 ਲੱਖ ਰੁਪਏ ਦਿੰਦੀ ਹੈ, ਪਰ ਲੈਕ ਆਫ ਅਵੇਅਰਨੈਸ ਕਰਕੇ ਇੱਕ ਆਮ ਬੰਦੇ ਨੂੰ ਉਹਦਾ ਬੈਨੀਫਿਟ ਕਦੀ ਮਿਲਦਾ ਹੀ ਨਹੀਂ, ਉਹਨੂੰ ਪਤਾ ਹੀ ਨਹੀਂ ਲੱਗਦਾ ਕਿ ਇਹੋ ਜਿਹੀ ਕੋਈ ਸਕੀਮ ਆ। ਤਾਂ ਉਹਨੂੰ ਜਦੋਂ ਪਤਾ ਹੀ ਲੱਗਦਾ, ਬੈਨੀਫਿਟ ਕਿੱਥੋਂ ਲਊਗਾ? ਕਿਆ ਕਿਸੇ ਨੂੰ ਪਤਾ ਹੈ ਪੰਜਾਬ 'ਚ ਕੋਈ ਇਹੋ ਜਿਹਾ ਕੈਂਸਰ ਦਾ ਹਸਪਤਾਲ ਹੈ ਜਿਹਦੇ 100% ਫ੍ਰੀ ਇਲਾਜ ਹੁੰਦਾ ਹੈ? ਕਿਆ ਆਪਣੇ ਜੋ ਕਿਸੇ ਨੂੰ ਪਤਾ ਹੈ, ਕੋਈ ਦੱਸ ਸਕਦੇ? ਮੈਂ ਤੁਹਾਡੇ ਨਾਲ ਸ਼ੇਅਰ ਕਰਨਾ, ਕੈਂਸਰ ਦਾ ਸਭ ਤੋਂ ਵੱਡਾ ਹਸਪੀਟਲ ਇੰਡੀਆ 'ਚ ਹੈਗਾ ਟਾਟਾ ਮੈਮੋਰੀਅਲ ਬੰਬੇ। ਉਸ ਤੋਂ ਬਿਹਤਰ ਕੋਈ ਸੈਟਅਪ ਨਹੀਂ, ਉਸ ਤੋਂ ਬਿਹਤਰ ਕੋਈ ਇਨਫਰਾਸਟ੍ਰਕਚਰ ਨਹੀਂ ਹੈਗਾ। ਉਹਨਾਂ ਨੇ ਸੰਗਰੂਰ ਦੇ ਵਿੱਚ ਇੱਕ ਹਸਪੀਟਲ ਖੋਲ੍ਹਿਆ, ਟਾਟਾ ਦਾ ਹੀ ਕੈਂਸਰ ਹਸਪੀਟਲ, ਜਿਹਦੇ 'ਚ 1 ਰੁਪਇਆ ਨਹੀਂ ਲੱਗਦਾ। ਤੁਸੀਂ ਉਹਨਾਂ ਦਾ ਆਧਾਰ ਕਾਰਡ ਲੈ ਜਾਓ, ਤੁਹਾਡਾ ਸਾਰਾ ਟ੍ਰੀਟਮੈਂਟ ਉੱਥੇ ਹੁੰਦਾ ਹੈਗਾ। ਤਾਂ ਇਸ ਪ੍ਰੋਜੈਕਟ ਦੇ ਬਾਰੇ ਮੈਂ ਤੁਹਾਨੂੰ ਜਾਗਰੂਕ ਕਰਨਾ ਚਾਹੁੰਦਾ ਸੀਗਾ। ਇਹਦੇ ਅੰਦਰ ਅਸੀਂ 100 ਤੋਂ ਜ਼ਿਆਦਾ ਕੈਂਪ ਲਗਾ ਚੁੱਕੇ ਹਾਂ, ਜਿਹਦੇ ਵਿੱਚ ਅਸੀਂ ਕਾਫੀ ਪੇਸ਼ੈਂਟ ਐਸੇ ਫਾਈਂਡ ਆਊਟ ਕੀਤੇ ਜਿਨ੍ਹਾਂ ਨੂੰ ਕੈਂਸਰ ਸੀਗਾ, ਉਹਨਾਂ ਨੂੰ ਸਰਕਾਰੀ ਸਕੀਮਾਂ ਬਾਰੇ, ਸੰਗਰੂਰ ਦੇ ਹਸਪੀਟਲ ਬਾਰੇ ਦੱਸਿਆ। ਕਈ ਤਾਂ ਵਿਚਾਰੇ ਇੰਨੇ ਅੱਜ ਵੀ ਧੰਨਵਾਦ ਦੀਆਂ